गुन कह कह तू साहिब गुनी निदाना तू मेरी मेहमा भरन न सागो तू ठाकुर सुनिया पेखिया से फिर कर न पर रे गुरु नानक जिन सुनिया पेखिया गुरु नानक जिन गुरु अर्जुन देव पातशाह जी का पावन मुख वाक वचन है गुरु नानक जिन सुनिया पेखिया से फिर गरपास ना परिया
ਜਿਨ੍ਹਾਂ ਨੇ ਸ਼ਬਦ ਦੇ ਵਿਚਾਰ ਦੇ ਰਾਹੀਂ ਮੈਂ ਵੀਰ ਜੀ ਨੂੰ ਬੇਨਤੀ ਕਰਾਂਗੀ ਕਿ ਥੋੜ੍ਹਾ ਜਿਹਾ ਇਕਾਗਰਤਾ ਬਣਾ ਕੇ ਰੱਖੋ। ਜਿਨ੍ਹਾਂ ਜਿਨ੍ਹਾਂ ਨੇ ਸ਼ਬਦ ਦੇ ਵਿਚਾਰ ਕਰਕੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸ਼ਬਦ ਰੂਪ ਵਿੱਚ, ਕਿਸੇ ਪ੍ਰਕਾਰ ਦਾ ਮਨ ਚ ਸੰਸਾ ਨਹੀਂ ਰਹਿ ਗਿਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਪਾਸ ਨਾ ਭਰਿਆ ਰੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁੱਖ ਵਿੱਚੋਂ ਨਿਕਲੇ ਹੋਏ ਇਹ ਬਚਨ ਸਤਿਗੁਰੂ ਪਾਤਸ਼ਾਹ ਜਗਤ ਦੇ ਮਾਲਕ ਸ੍ਰਿਸ਼ਟੀ ਦੇ ਰਚਨਹਾਰ ਵੱਡੇ ਸਤਿਗੁਰੂ ਵੱਡੀਆਂ ਵਡਿਆਈਆਂ ਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਵਾਸਤੇ ਪੰਕਤੀ ਉਚਾਰਨ ਕਰ ਰਹੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰਿਹਾ। ਕਹਿੰਦੇ ਕਰੋੜਾਂ ਹੀ ਪਾਪੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਨਾਲ ਤਰ ਗਏ, ਇਤਿਹਾਸ ਆਪ ਜਾਣਦੇ ਹੋ। ਸੁਨਿਆ ਪੇਖਿਆ
ਸੁਨਿਆ ਪੇਖਿਆ ਸੇ ਫਿਰ ਕਰ ਨਪਰੇ ਆਰੇ